ਗਿੱਦੜ ਸਿੰਘੀ ਬੰਬੂ ਘਾਟ ਸਾਰੇ ਪੀਰੀਅਡ ਨਾਮ ਲੱਗੇ ਜਾ ਰਹੇ ਨੇ ਸਾਡੇ ਪੰਜਾਬ ਦਾ ਪੁਰਾਣਾ ਕਲਚਰ ਦੇ ਨਾਮ ਦੇ ਆਧਾਰ ਤੇ ਤੇ ਇਹਦਾ ਕੀ ਕਾਰਨ ਤੇ ਇਸ ਮੂਵੀ ਬਾਰੇ ਦੱਸੋ। ਨਹੀਂ ਸਾਡੀ ਕੋਈ ਪੀਰੀਅਡ ਫਿਲਮ ਨਹੀਂ ਹੈ ਜੀ, ਅੱਜ ਦੀ ਕਹਾਣੀ ਹੈ ਇਹ, ਔਰ ਨਾਂ ਜ਼ਰੂਰ ਇਹਦਾ ਗਿੱਦੜ ਸਿੰਘੀ ਆ, ਔਰ ਮੈਨੂੰ ਲੱਗਦਾ ਹੁਣ ਵੀ ਜਿਹੜੇ ਲੋਕਾਂ ਕੋਲ ਗਿੱਦੜ ਸਿੰਘੀ ਹੈਗੀ ਆ ਉਹ ਅੱਜ ਵੀ ਹੈਗੀ ਹੈ, ਤਾਂ ਕੋਈ ਹੈ ਨਹੀਂ ਕਿ ਹੁਣ ਉਹ ਮਤਲਬ ਅੱਜ ਹੁਣ ਉਹ ਹਟ ਗਈ ਜਾਂ ਕਿਸੇ ਨੇ ਦੇਖੀ ਨਹੀਂ। ਸੋ ਇਸ ਕਰਕੇ ਗਿੱਦੜ ਸਿੰਘੀ ਰੱਖਿਆ ਗਿਆ, ਔਰ ਮੈਨੂੰ ਲੱਗਦਾ ਕਿ ਜਿਹੜੀਆਂ ਪੰਜਾਬੀ ਫਿਲਮਾਂ ਨੇ ਉਹ ਜਦੋਂ ਇਹੋ ਜਿਹੇ ਨਾਂ ਬਲਕਿ ਆਉਂਦੇ ਆ ਜਿਨ੍ਹਾਂ ਨੂੰ ਨਹੀਂ ਵੀ ਪਤਾ, ਅਤੇ ਉਹ ਬੰਦਾ ਵੀ ਸਰਚ ਕਰਦਾ ਫਿਰ ਕਿ ਗਿੱਦੜ ਸਿੰਘੀ ਕੀ ਸੀ, ਤਾਂ ਇਹ ਇੱਕ ਕਿਸਮ ਨਾਲ ਸਾਡਾ ਕਲਚਰ ਵੀ ਸੰਭਾਲ ਰਹੀਆਂ ਨੇ ਜਦੋਂ ਅਸੀਂ ਇਹੋ ਜਿਹੇ ਨਾਂ ਲੈ ਕੇ ਆਉਂਦੇ। ਮੇਰਾ ਐਕਚੁਲੀ ਥੋੜ੍ਹਾ ਜਿਹਾ ਇਹਦੇ 'ਚ ਨੈਗੇਟਿਵ ਕਿਰਦਾਰ ਆ, ਔਰ ਨੈਗੇਟਿਵ ਉੱਦਾਂ ਦਾ ਨਹੀਂ ਕਿ ਮੈਂ ਕੋਈ ਬਦਮਾਸ਼ ਹਾਂ ਜਾਂ ਕੋਈ ਘਸੁੰਨ ਮੁੱਕੀ ਵਾਲਾ, ਪਰ ਹੈਗਾ ਥੋੜ੍ਹਾ ਕੌਮਿਕ ਵੇ ਇਹਦੇ ਨਾਲ ਆ, ਔਰ ਪਰ ਬਹੁਤ ਡਿਫਰੈਂਟ ਕਰੈਕਟਰ ਆ ਮੈਂ, ਔਰ ਇਹ ਮੈਂ ਬੜੇ ਦਾਅਵੇ ਨਾਲ ਕਹਿ ਸਕਦਾ ਕਿ ਸਾਰਿਆਂ ਨੂੰ ਬਹੁਤ ਚੰਗਾ ਲੱਗੂਗਾ, ਔਰ ਮੈਨੂੰ ਖੁਦ ਇਹ ਕਰੈਕਟਰ ਪਲੇ ਕਰਕੇ ਬੜਾ ਮਤਲਬ ਸਵਾਦ ਆਇਆ, ਕਿਉਂਕਿ ਸੱਤੀ ਜੱਟ ਦਾ ਕਰੈਕਟਰ ਆ ਇਹ। ਸੋ ਥੋੜ੍ਹਾ ਬਹੁਤਾ ਤੁਸੀਂ ਟ੍ਰੇਲਰ ਦੇ ਵਿੱਚ ਜੇ ਤੁਸੀਂ ਦੇਖਿਆ ਜਾਂ ਸਾਰਿਆਂ ਨੇ ਜਿਨ੍ਹਾਂ ਨੇ ਦੇਖਿਆ ਉਹਨਾਂ ਨੂੰ ਉਹ ਪਤਾ ਲੱਗ ਗਿਆ ਹੋਊਗਾ। ਸੋ ਪਰ ਇਹ ਆ ਕਿ ਮੈਂ ਹਾਲੇ ਤੱਕ ਜਿੰਨੇ ਕਿਰਦਾਰ ਕੀਤੇ ਆ ਉਹਨਾਂ ਨਾਲੋਂ ਬਿਲਕੁਲ ਹੀ ਡਿਫਰੈਂਟ ਆ, ਔਰ ਪਹਿਲਾਂ ਮੈਨੂੰ ਹਲੇ ਲੱਗਦਾ ਸੀ ਕਿ ਮੈਂ ਕਿੱਦਾਂ ਦਾ ਲੱਗੂੰਗਾ ਇਸ ਕਿਰਦਾਰ 'ਚ, ਪਰ ਹੁਣ ਜਦੋਂ ਮੈਂ ਸਕਰੀਨ 'ਤੇ ਆਪਣੇ ਆਪ ਨੂੰ ਦੇਖਿਆ ਤਾਂ ਅਭਿਸ਼ੇਕ ਹੋਰਾਂ ਨੇ ਮੈਨੂੰ ਬੜਾ ਕੰਪੈਲ ਕੀਤਾ ਇਹਦੇ ਲਈ ਕਿ ਨਹੀਂ ਤੁਸੀਂ ਤੁਹਾਨੂੰ ਕਰਨਾ ਚਾਹੀਦਾ ਔਰ ਤੁਸੀਂ ਵਧੀਆ ਲੱਗੋਗੇ। ਪਹਿਲਾਂ ਮੈਨੂੰ ਮੈਂ ਕਿਹਾ ਯਾਰ ਮੈਂ ਇੱਦਾਂ ਦਾ ਕੀਤਾ ਨਹੀਂ ਕਿਤੇ, ਜਾਂ ਜਿਹੜੇ ਸਾਡੇ ਵਿਪਨ ਜੀ ਹੈਗੇ ਆ ਡਾਇਰੈਕਟਰ ਉਹਨਾਂ ਨੇ ਮੈਨੂੰ ਬੜਾ ਮਤਲਬ ਕਰੈਕਟਰ ਬਾਰੇ ਜਾਂ ਮਤਲਬ ਉਹਨਾਂ ਨੂੰ ਬੜਾ ਮੇਰੇ 'ਤੇ ਯਕੀਨ ਸੀਗਾ ਕਿ ਤੁਸੀਂ ਬਹੁਤ ਵਧੀਆ ਪਲੇ ਕਰ ਜਾਓਗੇ, ਤੁਸੀਂ ਇੱਕ ਜ਼ਰੂਰ ਕਰੋ। ਸੋ ਕਰੈਕਟਰ ਮੈਨੂੰ ਪਸੰਦ ਸੀਗਾ ਤਾਂ ਮੈਂ ਪਲੇ ਕੀਤਾ, ਔਰ ਮੈਨੂੰ ਲੱਗਦਾ ਹੁਣ ਇਹ ਮਤਲਬ ਸਾਰਿਆਂ ਨੂੰ ਬਹੁਤ ਜ਼ਿਆਦਾ ਚੰਗਾ ਲੱਗੂਗਾ ਔਰ ਇੱਕ ਯਾਦ ਹੋਣ ਵਾਲਾ ਕਰੈਕਟਰ।